ਇਹ ਪਹਿਲੀ ਵਾਰ ਆ ਵੀ ਘਰਾਂ 'ਚ ਬਣਾਉਣ ਲਈ ਆਇਆ ਤੁਹਾਡੇ ਕੋਲ। ਇੱਕ ਸਰਟੀਫਿਕੇਟ ਬਣਾਉਣਾ ਹੋਵੇ ਤਾਂ ਕਿੰਨੀਆਂ ਦੌੜਾਂ ਲੱਗਦੀਆਂ? ਸ਼ਹਿਰ ਜਾਓ, ਫਾਰਮ ਲਿਆਓ, ਸਰਪੰਚ ਕੋਲ ਜਾਓ, ਪਟਵਾਰੀ ਕੋਲ ਜਾਓ, ਅਤੇ ਇਹਨਾਂ ਨੇ ਇੱਥੇ ਤੁਹਾਨੂੰ ਬਣਾ ਕੇ ਸਾਰਾ ਕੁਝ ਦੇ ਦੇਣਾ। ਫਰਦ ਲੈਣੀ ਆ, ਇੰਤਕਾਲ ਕਰਾਉਣਾ ਆ। ਸੋ ਜੋ ਵੀ ਹੈਗਾ ਆ ਇੱਥੇ, ਮਤਲਬ ਤੁਸੀਂ ਇਹ ਬੜਾ ਵੱਡਾ ਇਹਦਾ ਕੈਂਪਾਂ ਦਾ ਲਾਭ ਆ। ਸੋ ਗਿਣਤੀ 'ਚ ਪਿੰਡ ਵਾਸੀ ਵੱਖ ਵੱਖ ਸਵਾਲਾਂ ਨੂੰ ਲੈ ਕੇ ਅੱਜ ਉਹ ਕੈਂਪ 'ਚ ਆਏ ਆ। ਸੋ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੇਵਾਵਾਂ ਦੇਣੀਆਂ, ਸਸਤੀਆਂ ਦੇਣੀਆਂ, ਈਜ਼ੀਲੀ ਦੇਣੀਆਂ, ਇਸ ਸੰਦਰਭ ਦੇ ਵਿੱਚ ਜਿਹੜਾ ਇਸ ਪਿੰਡਾਂ 'ਚ ਲੱਗ ਰਿਹਾ ਸਰਕਾਰ ਤੁਹਾਡੇ ਦੁਆਰ। ਸੋ ਅੱਜ ਪਿੰਡ ਸੈਦੋਵਾਲ, ਪਿੰਡ ਨਰੰਗਪੁਰ, ਸਰਨਾ ਅਤੇ ਬਹਾਦਰ ਲੜੀ, ਚਾਰ ਪਿੰਡਾਂ ਦੇ ਵਿੱਚ ਅੱਜ ਫਿਰ ਕੈਂਪ ਲੱਗ ਰਹੇ ਆ। ਚਾਰ ਪਿੰਡਾਂ 'ਚ ਕੱਲ੍ਹ ਲੱਗੇ ਸਨ। ਅਤੇ ਉਹ ਜਿਹੜੇ ਵੀ ਛੋਟੇ ਛੋਟੇ ਸਵਾਲ ਨੇ, ਕਿਸੇ ਨੇ ਜਨਮ ਦਾ ਸਰਟੀਫਿਕੇਟ ਬਣਾਉਣਾ, ਕੋਈ ਮੌਤ ਦਾ ਸਰਟੀਫਿਕੇਟ ਬਣਾਉਣਾ, ਕੋਈ ਬਿਜਲੀ ਦਾ ਸਵਾਲ ਆ, ਕੋਈ ਰਾਸ਼ਨ ਕਾਰਡ ਦਾ ਸਵਾਲ ਆ, ਕੋਈ ਵਾਟਰ ਸਪਲਾਈ ਦਾ ਸਵਾਲ ਆ, ਕੋਈ ਫਰਦ ਲੈਣੀ ਆ, ਕੋਈ ਇੰਤਕਾਲ ਕਰਾਉਣਾ ਆ, ਕੋਈ ਸਗਨ ਸਕੀਮ ਦਾ ਸਵਾਲ ਆ, ਹੈਂਡੀਕੈਪਟ ਸਰਟੀਫਿਕੇਟ ਬਣਾਉਣਾ, ਕੋਈ ਪੈਨਸ਼ਨ ਲਵਾਉਣੀ ਆ, ਜੋ ਵੀ ਲੋਕਾਂ ਦੇ ਸਵਾਲ ਹੈਗੇ ਆ, ਉਹਨਾਂ ਸਵਾਲਾਂ ਦੇ ਲਈ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇਤਿਹਾਸ ਦੇ ਅੰਦਰ 10-10, 15-15 ਡਿਪਾਰਟਮੈਂਟਾਂ ਦੇ ਅਫਸਰ, ਮੁਲਾਜ਼ਮ, ਸਹਿਬਾਨ ਪਿੰਡਾਂ 'ਚ ਕੈਂਪਾਂ 'ਚ ਬਹਿ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੇ ਆ।